बिस्मिल्लाहिर्रहमानिर्रहीम। अस्सलाम वालेकुम जी, साडे तमाम व्यूअरां नूं अस्सलाम वालेकुम आखने आ। साडे तुहाडे चैनल ते जनाब इमरान जमान ऑफिशियल ते सारिआं नूं वेलकम आखने आ। तुहाडा अपना चैनल है, सारिआं नूं इस ते वेलकम आखने आ। सारे दोस्तां अग्गे गुजारिश है कि साडे चैनल नूं लाइक करो, शेयर करो और बैल आइकन दा बटन जिहड़ा है ओह लाजमी दबाउणा है ताकि आराम नहीं आने वाली वीडियो जिहड़ी है तुहाडे ताईं लाजमी पहुँच सके, ਤੁਸੀਂ ਨੌਲੇਜ ਲੈ ਸਕੋ, ਇੰਟਰਟੇਨ ਹੋ ਸਕੋ। ਤਮਾਮ ਦੋਸਤਾਂ ਦਾ ਸ਼ੁਕਰੀਆ ਜਨਾਬ ਜਿਹੜੇ ਵੀਡੀਓ ਨੂੰ ਵਾਚ ਕਰਦੇ ਹੋ, ਸਾਡੀ ਵੀਡੀਓ ਨੂੰ ਵੇਖਦੇ ਹੋ, ਸਾਰਿਆਂ ਦਾ ਬਹੁਤ ਸ਼ੁਕਰੀਆ ਜਨਾਬ। ਅਤੇ ਅੱਜ ਦਾ ਵਲੌਗ ਕਰਨੇ ਆ ਜਨਾਬ ਸ਼ੁਰੂ ਪਾਵਰ ਜਨਰੇਟਰ, ਇਹ ਇਸ ਦੇ ਬਾਰੇ ਤੁਹਾਨੂੰ ਥੋੜ੍ਹੀ ਮਾਲੂਮਾਤ ਦੇਣੀ ਆ, ਨਾਲੇ ਬਹਾਨੇ ਇਹ ਜਨਾਬ 1650 KVA ਯਾਨੀ ਤਕਰੀਬਨ 1150 ਕਿਲੋ ਵਾਟ ਜਿਹੜਾ ਨਾ ਇਹ ਲੋਡ ਉਠਾ ਸਕਦਾ। 12 ਸਿਲੰਡਰ ਦੇਖੋ, 6 ਸਿਲੰਡਰ ਇਹਦੇ ਉਹ ਸਾਈਡ 'ਤੇ ਨੇ, 6 ਸਿਲੰਡਰ ਇਹਦੇ ਇਹ ਸਾਈਡ 'ਤੇ ਨੇ, 12 ਸਿਲੰਡਰ ਜਨਰੇਟਰ ਇਹ ਜਨਾਬ ਰੈਡੀਏਟਰ ਹੈ ਅੱਗੇ, ਅਤੇ ਦੇਖੋ ਡਕਟ ਲੱਗੀ ਹੈ ਹਵਾ ਬਾਹਰੋਂ ਖਿੱਚਣ ਵਾਸਤੇ ਦੇਖੋ। ਇਹ ਥੱਲੇ ਏਅਰ ਫਿਲਟਰ ਇਹਦੇ ਲੱਗਿਆ, ਥੱਲੇ ਆਇਲ ਫਿਲਟਰ ਲੱਗੇ ਨੇ, ਬਹੁਤ ਵੱਡਾ ਜਨਰੇਟਰ ਹੈ। 12 ਸਿਲੰਡਰ ਦੋ ਹਿੱਸਿਆਂ ਵਿੱਚ ਡਿਵਾਈਡ ਹੈ, ਇਹ ਦੇਖੋ 6 ਸਿਲੰਡਰ ਇਸ ਸਾਈਡ 'ਤੇ ਨੇ, ਇਹ ਦੇਖੋ 6 ਸਿਲੰਡਰ ਨੇ ਟੋਟਲ ਇਸ ਸਾਈਡ 'ਤੇ। ਬਹੁਤ ਹੀ ਵੱਡਾ ਜਨਰੇਟਰ ਹੈ ਔਰ ਡੀਜ਼ਲ ਦਾ ਡਾਇਰੈਕਟ ਦੀ ਪਾਈਪ ਲਾਈਨ ਦਿੱਤੀ ਹੈ, ਉਹ ਵੀ ਦੋ ਖਾਨੇ ਆ। ਬਹੁਤ ਹੀ ਵੱਡਾ ਜਨਰੇਟਰ ਹੈ, ਦੇਖ ਲਓ ਸਾਰੇ ਦੋਸਤਾਂ ਦੇ ਸਾਹਮਣੇ ਬਿਜਲੀ ਬਣਾਉਣ ਵਾਸਤੇ। ਇਹਦੀ ਕਪੈਸਿਟੀ ਹੈ 1600 KVA, 1675 KVA, ਯਾਨੀ 1150 KVA ਤਕਰੀਬਨ ਇਹ ਲੋਡ ਉਠਾ ਸਕਦਾ ਔਰ ਇੱਕ ਫੇਸ 'ਤੇ 1150 KVA ਉਠਾ ਸਕਦਾ ਔਰ ਤਿੰਨ ਫੇਸ ਨੇ ਇਹਦੇ। ਆਰ ਫੇਸ 'ਤੇ ਦੇਖ ਲਓ 1150 KVA, 1000 ਵਾਟ ਵੇ ਅਤੇ 1 KVA ਬਣਦਾ, ਅੱਗੋਂ 1150 KVA ਇੱਕ ਜਿਹੜੀ ਲਾਈਨ ਇਹਦੀ ਸਿੰਗਲ ਫੇਸ ਦੀ ਉਹਦੇ 'ਤੇ ਚੁੱਕਦਾ। ਇਹ ਦੇਖ ਲਓ ਇਹ ਕੇਬਲਿੰਗ ਹੋਈ ਹੈ, ਇੱਕ ਫੇਸ 'ਤੇ 2 ਕੇਬਲਾਂ ਲੱਗੀਆਂ, ਇੰਨਾ ਲੋਡ ਇਹਦੇ 'ਤੇ ਦਿੱਤੇ ਨੇ। ਇੱਕ ਫੇਸ ਵਾਸਤੇ 2 ਕੇਬਲਾਂ ਦਿੱਤੀਆਂ ਨੇ, 8 ਕੇਬਲਾਂ ਦੇਖ ਲਓ ਜਾ ਰਹੀਆਂ ਨੇ। ਦੋ ਰੈੱਡ ਦੀਆਂ ਨੇ, ਦੋ ਯੈਲੋ ਦੀਆਂ, ਦੋ ਬਲਿਊ ਦੀਆਂ, ਦੋ ਨਿਊਟਰਲ ਵਾਸਤੇ ਨੇ। 4 ਬੈਟਰੀਆਂ ਨੇ ਤਾਂ ਕਿ ਅਗਰ ਕੋਈ ਇੱਕ ਬੈਟਰੀਆਂ ਦੋ ਬੈਟਰੀਆਂ ਅਗਰ ਨਾ ਵੀ ਚੱਲਣ ਤਾਂ ਦੋ ਵਾਸਤੇ ਦੂਸਰੀਆਂ ਦੋ ਜਿਹੜੀਆਂ ਨੇ ਸਟੈਂਡ ਬਾਈ ਰੱਖੀਆਂ ਨੇ। 2 ਸਲਫ ਇਹਨੂੰ ਇਹ ਦੇਖ ਲਓ ਲੱਗੇ ਨੇ, ਅਗਰ ਇੱਕ ਸਲਫ ਨਹੀਂ ਚੱਲਦਾ ਤਾਂ ਦੂਸਰਾ ਸਲਫ ਕੰਮ ਕਰੇਗਾ। ਪੂਰੀ ਇਹਦੀ ਸੇਫਟੀ ਹੈ ਜਨਾਬ, ਕਿਸੇ ਵੇਲੇ ਵੀ ਬਿਜਲੀ ਜਾਏ ਉਸ ਵੇਲੇ ਆਨ ਹੋ ਜਾਏਗਾ। ਇਹਦਾ ਮਾਡਲ ਅਤੇ KVA ਵਗੈਰਾ ਕਿਲੋਵਾਟ ਵਗੈਰਾ ਲਿਖੇ ਨੇ, ਇਹ ਦੇਖੋ ਸਭ ਦੇ ਉੱਤੇ ਲਿਖਿਆ 1675 KVA। ਬਹੁਤ ਹੀ ਵੱਡਾ ਜਨਰੇਟਰ ਹੈ ਅਤੇ ਇਹ ਮੰਥਲੀ ਚੈਕਿੰਗ ਦੀ ਨਾਲ ਲਿਸਟ ਲੱਗੀ ਹੈ। 2 ਏਅਰ ਫਿਲਟਰ ਨੇ ਦੇਖ ਲਓ, ਇਹ ਨਾਲ ਇਹਦੇ ਧੂੰਆਂ ਜਿਹੜਾ ਇਹਦਾ ਧੂੰਆਂ ਬਾਹਰ ਨਿਕਾਲਣ ਵਾਸਤੇ ਜਨਾਬ ਹੈ ਉੱਤੇ ਇਹਨਾਂ ਦੇ ਲਾਏ ਨੇ, ਇਹ ਵੀ 2 ਹੀ ਨੇ ਦੇਖ ਲਓ। 2 ਹਿੱਸਿਆਂ ਵਿੱਚ ਜਨਰੇਟਰ ਨੂੰ ਡਿਵਾਈਡ ਕੀਤੇ ਹਨ, 2 ਏਅਰ ਫਿਲਟਰ ਨੇ, 2 ਟਰਬੋ ਲੱਗੀਆਂ ਨੇ, ਇਸ ਤੋਂ ਬਾਅਦ ਬਾਹਰ ਧੂੰਆਂ ਕੱਢਣ ਵਾਸਤੇ ਵੀ ਇਹਦੇ 2 ਐਗਜ਼ਾਸਟ ਲੱਗੇ ਨੇ।
रेडिएटर देख लो कितना बड़ा है, बहुत ही बड़ा जनरेटर है। येलो जेड़ा कलर दिए तुहानू थले नज़र आ रही है, डायरेक्ट पाइपलाइन इन डीजल वाली लगियां ने। एक विच आउंदा है, एक विच अगर ज़्यादा हो फालतू तो वह वापस चला जाता है। डायरेक्ट टैंकी जी नू डीजल लाया पाइप आउंदा है, ताकि क्योंकि वैसे तो दी अपनी टैंकी छोटी है, इस वास्ते बाहर बड़ी टैंकी है नू रखी। यह दा पैनल है ਇੱਥੇ ਤੇ ਜਨਾਬ ਦੱਸਦਾ ਐਲੋਡ ਦੱਸਦਾ ਇਹਦੇ ਤੇ ਫ੍ਰੀਕੁਐਂਸੀ ਦੱਸਦਾ ਇਹਦੇ ਤੇ ਵੋਲਟਸ ਦੱਸਦਾ ਇਹ ਥੱਲੇ ਇਹਦੀ ਸਾਰੀ ਡਿਟੇਲ ਇਹਦਾ ਮੀਟਰ ਔਨ ਆਫ ਇੱਥੋਂ ਕਰਨ ਵਾਸਤੇ ਇਸ ਦੇ ਨਾਲ ਹੀ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਇਓ ਸਾਰੇ ਦੋਸਤਾਂ ਨੂੰ ਅੱਲਾ ਹਾਫਿਜ਼ ਆਨੇ ਮਿਹਰਬਾਨੀ ਸ਼ੁਕਰੀਆ ਅੱਲਾ ਹਾਫਿਜ਼।